ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਬੜਾ ਵੱਡਾ ਹਾਦਸਾ ਹੋਇਆ ਹੈ ਅਤੇ ਉਹ ਹਾਦਸਾ ਸੁਣ ਕੇ ਨਾ ਘੱਲਦਾ ਅਤੇ ਪੂਰਾ ਇਲਾਕਾ ਜਿਹੜਾ ਹੈ ਉਹ ਖੌਫ ਜ਼ਿਆਦਾ ਹੋਇਆ ਹੋਇਆ ਪੂਰਾ ਇਲਾਕਾ। ਅੱਲਾਹ ਮਾਫ਼ ਕਰੇ, ਐਸਾ ਜ਼ੁਲਮ ਹੋਇਆ ਸਾਡੇ ਇਲਾਕੇ ਦੇ ਵਿੱਚ। ਦੋਸਤੋ ਬੜਾ ਵੱਡਾ ਸਾਰਾ ਨੁਕਸਾਨ ਹੋ ਗਿਆ ਹੈ, ਵੇਖ ਲਓ ਟਰੈਕਟਰ ਜਿਹੜਾ ਉਹ ਇਕੱਲਾ ਟੁਰੇ ਆਉਂਦਾ ਹੈ, ਬਹੁਤ ਵੱਡਾ ਨੁਕਸਾਨ ਹੋ ਗਿਆ। ਸਟੇਅਰਿੰਗ ਜਿਹੜਾ ਉਹ ਬਿਲਕੁਲ ਫਰੀ ਹੋ ਗਿਆ, ਤੁਹਾਨੂੰ ਚੈੱਕ ਕਰਾਵਾਂ ਇਹ ਵੇਖ ਲਓ ਸਟੇਅਰਿੰਗ ਜਿਹੜਾ ਕੰਮ ਹੀ ਨਹੀਂ ਕਰ ਰਹੀ ਹੈ ਅਤੇ ਉਦੋਂ ਗੱਡੀ ਸਾਡੀ ਧੱਕੇ ਸਟਾਰਟ ਹੈ। ਅੱਲਾਹ ਪਾਕ ਮਿਹਰਬਾਨੀ ਕਰੇ ਸੀ, ਮਿਸਤਰੀ ਨੂੰ ਫੋਨ ਕੀਤਾ ਸੀ ਬਈ ਸਪੇਅਰ ਪਾਰਟ 'ਤੇ ਜਾ ਅਤੇ ਸਾਡੀ ਗੱਲ ਕਰਵਾ ਅਤੇ ਜਿਹੜਾ ਸਮਾਨ ਹੈ ਸਟੇਅਰਿੰਗ ਦਾ ਲੈ ਕੇ ਸਾਡੇ ਕੋਲ ਜਲਦੀ ਪਹੁੰਚ, ਕਿਉਂਕਿ ਗੱਡੀ ਸਾਡੀ ਇੱਕ ਤਾਂ ਧੱਕੇ ਸਟਾਰਟ ਹੈ ਅਤੇ ਦੂਜੇ ਨੰਬਰ 'ਤੇ ਬੈਟਰੀ ਕਾਇ ਨਹੀਂ ਅਤੇ ਰਾਤੀ ਲਾਈਟਾਂ ਵੀ ਨਹੀਂ ਬਲਦੀਆਂ ਅਤੇ ਇਹ ਕੰਮ ਜਿਹੜਾ ਉਂਝੇ ਹਾਲੀ ਰਹਿ ਗਿਆ ਅੱਧਾ, ਇੱਕ ਇੱਕ ਸੀਮ ਮਾਰੀਏ ਅਤੇ ਇਹ ਕੋਈ ਰਹਿ ਗਿਆ ਏ, ਉੱਤੋਂ ਡਬਲ ਹੀ ਕਰਨੀ ਆਈ ਅਤੇ ਨਾ ਲੈ ਕੇ ਨੇ ਨਵਾਂ ਕੰਮ ਹੋ ਗਿਆ। ਅੱਲਾ ਮਿਹਰਬਾਨੀ ਕਰੇ ਸੀ, ਇਹ ਹੁਣ ਖਾਲਾ ਟਪਾ ਲਵੀਏ ਇਹਨੂੰ ਲੱਤਾਂ ਛੱਤਾਂ ਮਾਰ ਕੇ ਮੋੜੇ ਆ ਤਾਂ ਬੜਿਆ ਮੋੜੇ ਆ, ਬੜਾ ਮਸਲਾ ਬਣ ਗਿਆ ਸਾਡੇ ਵਾਸਤੇ ਅਤੇ ਇਹੋ ਜਿਹਾ ਮਸਲਾ ਕਿਸੇ ਨਾਲ ਵੀ ਨਾ ਬਣੇ। ਅੱਲਾ ਪਾਕ ਦੁੱਖ ਤਕਲੀਫ ਪਰੇਸ਼ਾਨੀਆਂ ਤੋਂ ਮਹਿਫੂਜ਼ ਫਰਮਾਵੇ ਅਤੇ ਬਾਕੀ ਸੂਰਜ ਦਾ ਵਿਊ ਚੈੱਕ ਕਰੋ, ਸ਼ਾਮ ਦਾ ਟਾਈਮ ਹੈ 5:15 ਦਾ, ਸੂਰਜ ਜਿਹੜਾ ਗਰੂਬ ਹੋਣ ਦੇ ਨਜ਼ਦੀਕ ਹੈ, ਉੱਪਰ ਰਾਂ ਵੰਜਣਾ ਯੋ ਹੋ ਮੋੜ ਵੰਜ ਹਾਂ ਮੋੜ ਵੰਜ ਬਾਕੀ ਗੱਡੀ ਕਿਤੇ ਧੱਕੇ ਤੇ ਲਾ ਲਵੀਏ ਅਤੇ ਮੋੜ ਉਸ ਤੋਂ ਬਾਅਦ ਗੱਪ ਸ਼ੱਪ ਕਰਦੇ ਹਾਂ ਦੋਸਤੋ ਤੁਹਾਡੇ ਨਾਲ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਹੈ, ਉਮੀਦ ਕਰਦੇ ਹਾਂ ਫਿਟ ਫਾਟ ਹੋਸੋ ਅਤੇ ਮੈਂ ਤੁਹਾਡਾ ਬਿਰਾ ਤਸਵਰ ਖਾਨ ਬਲੋਈ, ਤੁਸੀਂ ਵੇਖਦੇ ਪਏ ਹੋ ਸਾਡਾ ਯੂਟਿਊਬ ਚੈਨਲ ਨਸੀਬ ਵਲੌਗ ਆਪਣਾ। ਅਤੇ ਦੋਸਤੋ ਮਿਸਤਰੀ ਨੂੰ ਫੋਨ ਕੀਤੀ ਖਲੋਤੇ ਹਾਂ, ਉਹਨੂੰ ਪਹਿਲੇ ਆਖਿਆ ਸੀ ਬਈ ਆ ਜਾ ਪਰ ਸਮਾਨ ਹੀ ਫੱਦੀ ਆ ਫਤਿਹਪੁਰੋਂ ਮਿਸਤਰੀ ਕੋਲ ਦੁਆ ਸਪੇਅਰ ਪਾਰਟ ਤੋਂ ਮੇਰੀ ਗੱਲ ਕਰਾਵੇਂ, ਲੇਕਿਨ ਉਸ ਅੱਗੇ ਮੈਨੂੰ ਥੋੜ੍ਹੀ ਦੇਰ ਹੈ, ਤੁਸੀਂ ਸਮਾਨ ਪਹਿਲੇ ਆਪਣਾ ਮੰਗਾ ਲਓ ਅਤੇ ਮੈਂ ਅਮਦਾਬੀਆਂ ਬਾਅਦ ਛੋਟੇ ਬਾਈਆਂ ਨੂੰ ਫੋਨ ਕੀਤਾ, ਮੈਂ ਕਿਹਾ ਤੂੰ ਸਮਾਨ ਲੈ ਕੇ ਪਹੁੰਚ ਅਤੇ ਮਿਸਤਰੀ ਆ ਵੈਂਦਾ ਅਤੇ ਗੱਡੀ ਜਿਹੜੀ ਹੈ ਹੌਲੂ ਹੌਲੂ ਦੇਖ ਦੁੱਖ ਅਤੇ ਉਹ ਲੈ ਗਈਆਂ ਨਹਿਰ ਦੀ ਮਾਂਡ 'ਤੇ ਲੈ ਚੱਲਣੇ ਆ, ਉੱਥੇ ਉਹਨੂੰ ਧੱਕੇ 'ਤੇ ਖਰ ਲੈਂਦੇ ਹਾਂ ਅਤੇ ਮੁੜ ਤੁਹਾਨੂੰ ਵਿਜ਼ਿਟ ਕਰਾਈਂਦੇ ਹਾਂ ਨਹਿਰ ਦਾ ਅਤੇ ਇਹ ਚੈੱਕ ਕਰ ਲਓ ਬਗਲੇ ਵੀ ਆਏ ਬੈਠੇ ਨੂੰ ਖਾਵਣ ਪੀਵਣ, ਯਾਨੀ ਕਿ ਕੀੜੇ ਵਗੈਰਾ ਚੁੱਗਣ। ਕਦੀ ਜ਼ਿੰਦਗੀ ਦੇ ਵਿੱਚ ਦੋਸਤੋ ਮੇਰੇ ਨਾਲ ਇਹ ਮਸਲਾ ਨਹੀਂ ਬਣਿਆ, ਜਦੋਂ ਦੀ ਮੈਂ ਗੱਡੀ ਲਈ ਹੈ ਮੈਨੂੰ ਤਕਰੀਬਨ 3-4 ਸਾਲ ਹੁੰਦੇ ਪੈਣ, ਅੱਜ ਤੱਕ ਮੈਨੂੰ ਟਰੈਕਟਰ ਧੋਖਾ ਨਹੀਂ ਦਿੱਤਾ ਅਤੇ ਕਾਫੀ ਦੀਆਂ ਦਾ ਸਟੇਅਰਿੰਗ ਜਿਹੜਾ ਉਹ ਖਰਾਬ ਹੋਇਆ ਵਾ ਅਤੇ ਮੈਂ ਵੀ ਉਹ ਤੁਲਦਾ ਵਧਾਮ ਬਈ ਅੱਜ ਬਣਵਾਈਨਾ ਅਤੇ ਕੱਲ੍ਹ ਬਣਵਾਈਨਾ ਅਤੇ ਅੱਜ ਬਣਵਾਈਨਾ ਅਤੇ ਕੱਲ੍ਹ ਬਣਵਾਈਨਾ। ਬਾਕੀ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਸੇ ਬਈ 3-4 ਸਾਲ ਹੋ ਗਏ ਨੇ ਇਸ ਗੱਡੀ ਮੈਨੂੰ ਅੱਜ ਤੱਕ ਕਦੀ ਨੇ ਧੋਖਾ ਦਿੱਤਾ ਅਤੇ ਇਹ ਵੀ ਮੇਰੀ ਆਪਣੀ ਗਫਲਤ ਦੀ ਵਜ੍ਹਾ ਤੋਂ ਇਹ ਕੰਮ ਹੋਇਆ ਖਲੋਤਾ, ਕਿਉਂਕਿ ਸਟੇਅਰਿੰਗ ਕਾਫੀ ਦੀਆਂ ਦਾ ਫਸਦਾ ਵਧਾ ਅਤੇ ਮੈਂ ਵੀ ਉਸ ਚੇਂਦਾ ਵਧਾ ਅੱਜ ਕੱਲ੍ਹ ਕਰਵਾਈਨਾ ਇਥਾਂ ਲੇਟ ਲਪੇਟ ਦੇ ਵਿੱਚ, ਉਹ ਹੁਣ ਬਿਲਕੁਲ ਜਿਹੜਾ ਸਟੇਅਰਿੰਗ ਦੇ ਵਿੱਚ ਆਉਂਦਾ ਜਿੰਦਰਾ ਅਤੇ ਗੋਲੀਆਂ ਉਹ ਫਾਰਕ ਹੋ ਗਈਆਂ, ਹੁਣ ਉਹ ਨਵਾਂ ਮੰਗਾਈਂਦੇ ਪਏ ਆ, ਭਾਈਆਂ ਨੂੰ ਫੋਨ ਕੀਤਾ ਉਹ ਲੈ ਕੇ ਪਹੁੰਚਦਾ ਪਿਆ ਅਤੇ ਮਿਸਤਰੀ ਵੀ ਪਹੁੰਚਦਾ ਪਿਆ ਮੋੜ। ਆਹ ਦੋਸਤੋ ਗੱਡੀ ਨੂੰ ਟਿਕਾਣੇ ਲਾ ਲਈ ਅਸੀਂ ਆ ਕੇ ਇੱਥੇ ਆ ਕੇ ਖਲਾਰੀਏ, ਯਾਨੀ ਕਿ ਕੋਈ ਚੜਾਈ ਹੈ ਲਹਾਈਏ ਧਿੱਕਾ ਲਈ ਸਾਂ ਤਾਂ ਸਟਾਰਟ ਹੋ ਗਈ ਸੀ ਅਤੇ ਇਦੋਂ ਇਹ ਚੈੱਕ ਕਰੋ ਸਾਡੇ ਸਾਹਮਣੇ ਨਹਿਰ ਵਾਂਦੀ ਪਈ ਹੈ ਮਾਸ਼ਾਅੱਲਾ, ਅਤੇ ਮੇਰੇ ਘਰ ਦੇ ਨਜ਼ਦੀਕ ਯਾਨੀ ਕਿ ਮੇਰਾ ਘਰ ਨਹਿਰ ਦੀ ਪਰਲੀ ਸਾਈਡ 'ਤੇ, ਇੱਥੋਂ ਤਕਰੀਬਨ ਕੋਈ 1 ਮੁਰੱਬੇ 'ਤੇ ਮੇਰਾ ਘਰ ਰਹਿ ਪਿਆ ਅਤੇ ਮੈਂ ਨਹਿਰ ਦੀ ਇਧਰਲੀ ਸਾਈਡ 'ਤੇ ਪਹੁੰਚ ਆਇਆ ਖਲੋਤਾਂ। ਬਾਕੀ ਦੋਸਤੋ ਤੁਹਾਡੇ ਨਾਲ ਗੱਲ ਕਰਨ ਦੇ ਪਿਆ ਸੀ, ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਬੜਾ ਵੱਡਾ ਹਾਦਸਾ ਹੋਇਆ ਹੈ ਅਤੇ ਉਹ ਹਾਦਸਾ ਸੁਣ ਕੇ ਨਾ ਘੱਲਦਾ ਅਤੇ ਪੂਰਾ ਇਲਾਕਾ ਜਿਹੜਾ ਉਹ ਖੌਫ ਜ਼ਿਆਦਾ ਹੋਇਆ ਹੋਇਆ ਪੂਰਾ ਇਲਾਕਾ। ਅੱਲਾਹ ਮਾਫ਼ ਕਰੇ, ਐਸਾ ਜ਼ੁਲਮ ਹੋਇਆ ਸਾਡੇ ਇਲਾਕੇ ਦੇ ਵਿੱਚ। ਵੀਡੀਓ ਕੰਪਲੀਟ ਵੇਖੋ ਤਾਂ ਤੁਹਾਨੂੰ ਪਤਾ ਲੱਗ ਸੀ ਬਈ ਹਾਦਸਾ ਕਿਹੜੇ ਦੀ ਅਸਾਂ ਗੱਲ ਕਰਦੇ ਪਏ ਹਾਂ ਅਤੇ ਕੀ ਹੋ ਜੀ ਹਾਦਸਾ ਹੋਇਆ। ਕੁਝ ਦੋਸਤਾਂ ਦਿਨ ਖੂਨ ਜਿਹੜੇ ਨੇ ਸਫੈਦ ਹੋ ਗਏ, ਲੇਕਿਨ ਮੈਂ ਕਾਫੀ ਦੇਰ ਦੇ ਬਾਅਦ ਜ਼ਹਿਨ ਲੜਾਉਣ ਦੇ ਬਾਅਦ ਮੇਰੇ ਜਿੱਥੋਂ ਤੱਕ ਜ਼ਹਿਨ ਕੰਮ ਕੀਤਾ ਖੂਨ ਸਫੈਦ ਨਹੀਂ ਹੋਏ, ਖੂਨ ਦੇ ਵਿੱਚ ਖੂਨ ਦੀ ਮਿਲਾਵਟ ਹੋ ਗਈ ਹੈ। ਇਸ ਵਜ੍ਹਾ ਤੋਂ ਬੰਦਿਆਂ ਦੇ ਦਿਲ ਦੇ ਵਿੱਚੋਂ ਖੌਫ ਨਿਕਲ ਗਿਆ ਹੈ, ਕੋਈ ਪਰਵਾਹ ਨਹੀਂ, ਅਸਾਂ ਕਿਆ ਕਰਦੇ ਪਏ ਹਾਂ ਕਿਆ ਨਹੀਂ ਕਰਦੇ ਪਏ, ਇੰਤਹਾ ਹੋ ਗਈ ਹੈ ਜ਼ੁਲਮ ਦੀ, ਅਖੀਰ ਹੋ ਗਈ ਆ ਜ਼ੁਲਮ ਦਾ। ਅੱਲਾ ਪਾਕ ਮਾਫ਼ੀ ਦੇਵੇ ਅਤੇ ਬਾਕੀ ਕਿਆਮਤ ਕਿਹੋ ਜਿਹੀ ਹੋਰ ਆਵਣੀ ਹੈ, ਕਿਆਮਤ ਯਾਨੀ ਕਿ ਸਾਡੇ ਕੋਲੋਂ ਆ ਗਈ ਹੈ, ਕੁਝ ਨਿਸ਼ਾਨੀਆਂ ਕਿਆਮਤ ਦੀਆਂ ਜਿਹੜੀਆਂ ਹਨ ਉਹ ਜ਼ਾਹਿਰ ਹੋ ਚੁੱਕੀਆਂ ਅਤੇ ਕੁਝ ਬਾਕੀ ਹਨ। ਦੋਸਤੋ ਕਿ ਘੁਮਾਵਾਂ ਫਿਰਾਵਾਂ ਬਈ ਮੈਂ ਉਹਨਾਂ
अपने वसेब वाले की जात नहीं बयान करेंदा वीडियो दे विच, बाकी उंजे तुहाडे नाल शेयर करेंदा पिया। मेरे आखण का मतलब है दोस्तों, मैनू ये दसो बई साडे इस्लाम दे विच कितनिया शादियां जायज़ हैं? त्रै चार शादियां, साढ़े त्रै शादियां तो बंदा कर सकता है ना ईजी नाल। तो शादियां करन नाल कुछ भी नहीं होंदा, कोई प्रॉब्लम भी नहीं होंदा। लेकिन साढ़े इलाके का वसेब का आई पी आ कुछ अरसा वो कराची रही है, उत्थे उस शादी कर लीए, पिछा भी उसकी शादी पहले होई हुई आई कराची की आ, काम धंधे वास्ते मजदूरी वास्ते उत्थे उस शादी कर ली, परलियां की रजामंदी नाल शादी कर ली, कुछ दिन उत्थे रही आ, वा तो बेगम नू लै के घर आया। तो जिहड़ी उहदी पिछली बेगम आई पई, उहदी जिहड़ी औलाद आई पई, उन्हां सोटे डंडे छिक लै, असां तुहानू घर नहीं वड़न देंदे। 14 किले रकबा आई उस बंदे का, अखीरी उन्हें घर ना वड़न दिता, घरों काट दिता उन्हें, यानी कि वह लगा गया बिरावान को, उत्थे उस कुछ दिन रिहायश रखी। मुड़ जनाब वाली वो जी पहली सवाणी वाले जे छूआर आन पे उन्हें कोई हमले शमले किते, मारन की कोशिश की उन्हें, उस दरखास्त दी, परचा होया, कुछ दिन डके रहे, वा तो पिछू पैर रवाई का ही ना की, उन्होंने नानक छुड़ा लिया। तो साढ़े गल कर, मैं तुम्हें गल बयान भी नहीं कर सकता, मैं किड़े मुँह नाल बयान करा, मेरे रौंटे खड़े हुए खलोते। अल्लाह पाक आ तू माफ़ी दे। ते कल दा ये वाकया है पिया, उहदी जिहड़ी पहली समाणी वाले छूआरान पे उन्हां वन के प्यो नूं कतल कर दिता। अस्तगफिरुल्लाह, मेरा अल्लाह तू माफ़ फरमा, मेरा अल्लाह तू माफ़ फरमा। ऐसी औलाद किसी को ना देना, किसी बाप को भी ऐसी औलाद ना देना। उस छूअर प्यो नूं एक फैर मारे है, दूजा फैर मारे है, त्रीया फैर उस मारे है, मार के अगां तों नहीं टुर गया, कुछ कदम गया है, हट के वापस मुड़ आया है। मुड़ उस दो फैर मारन पिस्टल दे, पांच फैर उस प्यो नूं मारन ते कतल कर दिता सो। अल्लाह मेरा तू माफ़ी दे। ते मैं तुहानू पहले गल करदा पिया मूं बई, कुछ लोग आ दिन जिहड़े खून सफेद हो गए, खून सफेद नहीं हो, खूना दे विच मिलावट हो गई है, बाकी मेरी गल समझेंदे ते पे हो सो। ते बड़ा वड्डा हादसा हो गया है साडे इलाके दे विच, बहुत वड्डा हादसा हो गया। ते अल्लाह पाक माफ़ फरमावे। अज उस बंदे दा जनाजा आई पिया, ते मैं जनाजे दी वीडियो तुहानू विखावां, लेकिन मेरा काम हुंदा है ट्रैक्टर दा 24 घंटे, तो मैं नहीं पहुँच सकिया, मेरा ट्रैक्टर धक्के स्टार्ट आई, मगरू ट्राली पाई हुई आई और लड़ी हुई आई, मैं वो भी वीडियो का ही नहीं बनाई। तो मेरा ट्रैक्टर फस गया, 10 बजे का जनाजा आई, मैं जनाजे तो नहीं पहुँच सकिया, अगर जनाजे तो मैं पहुँचा तो मैं जनाजे की वीडियो तुम्हें भी खावा और उस बंदे दे चेहरे की वीडियो तुम्हें भी खावा। नौजवान तो बड़ा खूबसूरत बंदा आई दोस्तों, आए मिस्त्री पहुँच आया गड्डी को, छू और समान लाए के पिछुआ पड़ता पिया, तो ये गड्डी का भुरदा भुरदा होना स्टे रंग कर पिया, तो समान लाए के आंदा पिया, तो मुड़ स्टेरिंग खुलता पिया, समान पहने तो मुड़ अल्लाह खैर करे चालू करें दोस्तों। स्टेरिंग खोल लिया थे सारा, आए वेख लो, आए तले आया पिया ट्रैक्टर का स्टेरिंग खोल सटिया थे, तो जेड़ा भाइया जंदरा लाया जाए वो अगे इस्तेमाल होया, वो हूँ वापस दिसा, तो हूँ नवे का पता करेंदे पे लभदा, इतू तो ठीक नहीं, तो वाता अमनपुर मोड़ते वैना पंसी, ये नवा स्टैंट बनया खला अज। ए दोस्तों भाई, जेड़ा काम करना है सानू तकरीबन 8 to 9 हज़ार की फट्टी पै गई है, जेड़ी शाफट है ना, शाफट जेड़ी वो बिल्कुल दाग ही हो गई, जंदरा भी त्रुट गई है, ते ए वाले जेड़े दंदे हैं बिल्कुल लगदी ते फारे हो गए, रगड़ी गए, ये तकरीबन 8 to 9 हज़ार का पुरदा बनता भी है मिस्त्री समय, ते हुण दुकान तो आए खड़े हैं, नवीं लैणा दुकान विच लई है, दुकान विच मोड़ चंगे पए हैं, मान के मिस्त्री देने हैं ते पवेने हैं, ते बड़ा बड़ा काम धंधा करेने हैं। जायज जायज बेल दस चाहे दा जेड़ा बनदा है, जायज जायज बेल दस चाहे भाई, ये तो 7500। अच्छा, ते रियायत कितनी करें दे पे हो, सानू रियायत ही करो ना, चोकी रियायत करें दे पे हो, ये तो रियायत थी 500 तो छोड़ो भाई, छोड़े दे हो रियायत करें दे हो, तो चलो कोई रियायत हो, 500 ਦਾ ਵੇ ਕਿਹੜਾ ਰੋਲ ਹੈ, 500 ਸਾਡੇ ਕਿੱਥੇ ਆਉਂਦਾ, 500 ਤੋਂ ਬਚਾ ਤੇ ਨਹੀਂ ਹੋਣੀ ਸਾਡੀ। ਅੱਛਾ चलो सन तो फटी लग गई है 7500 दी है, ते बाकी अल्लाह मेहरबानी करे सी दे पैसे हो, वीडियो बनावनी है कप्तान यू।
दोस्तों घूम घुमा के पहुंचे हैं यार ट्रैक्टर को लूं ते मिस्त्री साहब बैठा ही मैं क्या हो सकता हालात खराब हैं ते मिस्त्री साहब इन परेशान होवे उन शाफट नमी आमदी से ते नमी पैंदे पए अगली तां गई अल्लाह लगी चट्टी पाए गई जो अल्लाह पाक नु मंजूर है चलो ठीक है कोई मसला नहीं बेहतरीन है ओके दी रिपोर्ट सही है ओ अच्छा हुन तो काम फिट है आए वेख लो अगली जड़ी है दोस्तों तुम चेक करा छुड़ा है वेख लो जड़ी पुरानी आई ना सलामत जड़िया जरियां पईयां वो आए बिल्कुल बारू कनियां खवी गईयां ते गोलियां त्रोड़े आ हुन जड़िया नवियां जंदरा पावण आई चलो ये नवी हो गई है जान छुट गई दोस्तों घूम घुमा के पहुंचे हैं घर ते टाइम इस टाइम होंदा पिया है रात दे 11:50 होंदा पिया ते वेख लो हालत चेक कर लो सारे कपड़े शपड़े जिहड़े नु बिल्कुल खराब होए खलोते न चेहरे दे उत्ते धूड़ मिट्टी सिर दे उत्ते धूड़ मिट्टी ते अज जिंदगी दे विच पहली दफा साडे नाल एक कम होया क्यारियां दे विच गड्डी वहिंदे आ अस्टेरां खराब होया नहीं तो अज तक अल्लाह का शुक्र है मैं तकरीबन 4 साल मैं आंदे पर गड्डी मैं लई नू 2013 मॉडल लगा दी 4 साल आंदे पर अल्लाह का शुक्र है अज तक कि इस इलाके दे विच मैं धोखा नहीं दिता लेकिन मैं गड्डी लई आई तो अस्टेरंग जिहड़ा नॉर्मल जी आवाज़ उदा आंदी आई तो मैं आलस की रखिया मैं नहीं करवाया मैं क्या हो सकता एवें हो गए छोड़ पई सी तो लेकिन शाफट खत्म हुई है तो सारा काम पा दिता बाकी दोस्तों उम्मीद करेंगे साड़ी वीडियो व्लॉग आई तो पसंद आयो सी अगर वीडियो व्लॉग पसंद आया तो साडा चैनल जरूर सब्सक्राइब करे सो ते अपने बिरादर सबर खान बलोच नूं दियो इजाजत जिंदगी रहे इंसान नेक्स्ट व्लॉग दे तब तक के लिए अल्लाह हाफिज़ बाय।